ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਇੱਕ ਮੰਦਭਾਗੀ ਖਬਰ ਲੁਧਿਆਣਾ ਦੇ ਢੰਡਾਰੀ ਕਲਾਂ ਤੋਂ ਆਈ ਹੈ, ਜਿੱਥੇ ਅੱਜ ਸਵੇਰੇ ਲਗਭਗ 7:30 ਵਜੇ ਇੱਕ ਡੋਲੀ ਵਾਲੀ ਕਾਰ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਲਾੜੀ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਲੁਧਿਆਣਾ ਦੇ SPS ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਕੰਬਾਈਨ ਅਤੇ ਬਲੈਰੋ ਕਾਰ ਦੇ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ। ਬਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਸ ਆ ਰਹੀ ਸੀ, ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ 'ਚ ਲਾੜੀ ਹੀਨਾ ਸਣੇ ਜਰੀਨਾ ਜਮਸ਼ੇਦ ਆਲਮ ਅਤੇ ਉਸ ਨਾਲ ਸ਼ਾਮਲ ਨੇ। ਜਾਣਕਾਰੀ ਮੁਤਾਬਕ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ। 3 ਜ਼ਖਮੀਆਂ ਦੇ ਵਿੱਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਲ ਹੈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਉੱਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਬਰਾਤ ਲੈ ਕੇ ਯਮੁਨਾ ਨਗਰ ਜਗਾਦਰੀ ਤੋਂ ਲੁਧਿਆਣਾ ਲਈ ਨਿਕਲੇ ਸਨ, ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇੱਕਦਮ ਕੰਬਾਈਨ ਵਾਲੇ ਨੇ ਕੰਬਾਈਨ ਮੋੜ ਦਿੱਤੀ ਅਤੇ ਉਹਨਾਂ ਦੀ ਕਾਰ ਕੰਬਾਈਨ ਦੇ ਪਿੱਛੇ ਜਾ ਕੇ ਵੱਜ ਗਈ, ਜਿਸ ਨਾਲ ਇਹ ਹਾਦਸਾ ਹੋ ਗਿਆ। ਤਕਰੀਬਨ 6 ਵਜੇ ਹੋਇਆ। ਇਹ ਜਗਾਦਰੀ ਦੇ ਮੇਰੇ ਫਰੈਂਡ ਸੀਗੇ, ਇਹਨਾਂ ਦਾ ਵਿਆਹ ਸੀਗਾ, ਇਹ ਉੱਥੇ ਆ ਰਹੇ ਸੀਗੇ, ਬਸ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਹਨਾਂ ਦਾ। 7 ਬੰਦੇ ਸੀਗੇ ਜਿਨ੍ਹਾਂ ਦੀ 4 ਦੀ ਮੌਤ ਹੋ ਗਈ। ਹਾਂਜੀ ਹਾਂਜੀ ਹਾਂਜੀ, ਦੁੱਲਾ ਐਮਰਜੈਂਸੀ ਦੇ, ਦੁਲਹਨ ਦੀ ਮੌਤ ਹੋ ਗਈ। 6 ਵਜੇ ਦਾ ਮਾਮਲਾ। ਟਿੱਬਾ ਰੋਡ ਲੁਧਿਆਣਾ ਟਿੱਬਾ ਰੋਡ ਗੁਲਾਬੀ ਬਾਗ ਤੋਂ ਇੱਕ ਬਰਾਤ ਕੱਲ ਸ਼ਾਮ ਨੂੰ ਗਈ ਸੀ ਜਗਾਦਰੀ। ਜਗਾਦਰੀ ਤੋਂ ਵਿਆਹ ਹੋਣ ਤੋਂ ਬਾਅਦ ਦੁਲਹਨ ਨੂੰ ਲੈ ਕੇ ਲੁਧਿਆਣੇ ਵਾਸਤੇ ਵਾਪਸ ਤੁਰੇ। ਇਹ ਤਕਰੀਬਨ ਸਵੇਰ ਦਾ ਟਾਈਮ ਹੋਣਾ 5 ਵਜੇ ਦਾ। 7:30 ਵਜੇ ਆ ਕੇ ਢੰਡਾਰੀ ਦੇ ਲਾਗੇ ਇੱਕ ਕੰਬਾਈਨ ਨੇ ਅਚਾਨਕ ਸਾਈਡ ਮੋੜ ਲਈ, ਉਹਦੇ ਪਿੱਛੇ ਜਾ ਕੇ ਬਲੈਰੋ ਗੱਡੀ ਲੱਗੀ, ਜਿਹਦੇ ਵਿੱਚ 4 ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹ ਪੂਰੇ ਹੋ ਚੁੱਕੇ ਹੈ ਤੇ 2 ਸੀਰੀਅਸ ਹੈ। ਕੌਣ ਕੌਣ ਸੀ ਪਰਿਵਾਰ ਦੇ ਮੈਂਬਰ? ਇੱਕ ਤੇ ਦੁਲਹਨ ਹੈ, ਹੈਲੋ, ਇੱਕ ਉਹਦੀ ਛੋਟੀ ਸਿਸਟਰ ਹੈ, 97, ਤੇ 2 ਉਹਦੀ ਜਠਾਣੀ ਹੈ, ਇੱਕ ਜਿਹੜਾ ਗਾੜੀ ਚਲਾ ਰਿਹਾ ਸੀ ਪਰਿਵਾਰ ਦਾ, ਉਹ ਪਰਿਵਾਰ ਦਾ ਸੀ। 6 ਵਜੇ ਇਹ ਜਿਹੜਾ ਕੰਬਾਈਨ ਸੀਗਾ ਜੀ, ਕੰਬਾਈਨ ਇੱਕਦਮ ਹੀ ਸਾਈਡ ਮੁੜ ਕੇ ਲੈ ਗਿਆ ਹੋਰ, ਤਾਂ ਉਹਦੇ ਵਿੱਚ ਜਾ ਕੇ ਬੱਚੀ ਜੀ। ਰਾਮ ਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ ਟੀਵੀ, ਲੁਧਿਆਣਾ।